द माइटी एंड द एलमाइटी ये उसकी किताब का नाम है और उस किताब का मुख बंद फोरवर्ड प्रीफेस जिन्हों कहा जाता है वो प्रेजिडेंट बिल क्लिंटन ने लिखा है। प्रीफेस के विच क्लिंटन ने लिखा है, उन्हें क्या है क्लिंटन ने, ड्यूरिंग माई विजिट टू इंडिया इन 2000 सम हिंदू मिलीटेंट्स डिसाइडेड टू वेंट देयर आउटरेज बाई मर्डरिंग 38 सिक्स इन कोल्ड ब्लड। जे मैं ना जानता तो जिहड़े मारे गए ने उह अज जिउंदे हुंदे। हुण ये अमेरिकन प्रेजिडेंट कह रहे, ये जिहड़ा वाकया सी जाहिर है कि किसी नूं कोई ये शक शुबा नहीं होना चाहिए कि फॉरन भारतीय एजेंसियां ने इस नूं पाकिस्तान के खाते च पाण लई ਇਹ ਕਿਹਾ ਕਿ ਜੀ ਲਸ਼ਕਰੇ ਤੋਇਬਾ ਉਹਨਾਂ ਨੇ ਜਿਹੜਾ ਇਹ ਕਾਰਾ ਕੀਤਾ। ਦੋ ਤਿੰਨ ਦਿਨਾਂ ਬਾਅਦ ਉਹਨਾਂ ਨੇ ਜਿਹੜੇ ਲਾਗਲੇ ਪਿੰਡਾਂ 'ਚੋਂ ਹੀ ਨੌਜਵਾਨ ਚੁੱਕੇ ਔਰ ਉਹਨਾਂ ਨੂੰ ਮਾਰ, ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜੇ ਜਿਹਨਾਂ ਨੇ ਕਾਰਾ ਕੀਤਾ ਸੀ ਉਹਨਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਅਤੇ ਫਿਰ ਪਤਾ ਲੱਗਾ ਕਿ ਭਾਈ ਜਿਹੜੇ ਪੰਜ ਨੌਜਵਾਨ ਮਾਰੇ ਨੇ ਉਹ ਤਾਂ ਲਾਗਲੇ ਪੱਥਰੀ ਬਾਲੂ ਦੇ ਨੇੜੇ ਪੈਂਦਾ, ਉੱਥੋਂ ਦੇ ਪਿੰਡਾਂ ਦੇ ਨੌਜਵਾਨ ਚੁੱਕ ਉਹਨਾਂ ਦੇ ਕੱਪੜੇ ਘਰਦਿਆਂ ਨੇ ਪਛਾਣੇ। ਚਲੋ ਫਿਰ ਪ੍ਰੋਟੈਸਟ ਲੋਕਾਂ ਨੇ ਕੀਤਾ, ਲੋਕਾਂ ਨੇ ਕਿ ਤੁਸੀਂ ਸਾਡੇ ਪੁੱਤਰ ਚੁੱਕ ਕੇ ਮਾਰ ਦਿੱਤੇ ਨੇ ਪਾਕਿਸਤਾਨੀ ਕਹਿ ਕੇ, ਅਤੇ ਉਸ ਪ੍ਰੋਟੈਸਟ ਦੇ ਉੱਤੇ ਵੀ ਗੋਲੀ ਚਲਾਈ ਗਈ ਔਰ 6 ਜਿਹੜੇ ਨੇ ਫਿਰ ਕਸ਼ਮੀਰੀ ਹੋਰ ਮਾਰ ਦਿੱਤੇ ਗਏ। ਅਡਵਾਨੀ ਦੂਸਰੇ ਤੀਸਰੇ ਦਿਨ ਉੱਥੇ ਪਹੁੰਚਦਾ ਔਰ ਜਿਹੜਾ ਭੋਗ ਦੇ ਮੌਕੇ ਦੇ ਉੱਤੇ ਫਿਰ ਉਹ ਐਡਰੈਸ ਕਰਦਿਆਂ ਕਹਿੰਦਾ ਕਿ ਜੀ ਸਿੱਖ ਤਾਂ ਬਹੁਤ ਬਹਾਦਰ ਨੇ, ਬਰੇਵਰੀ ਤਾਂ ਉਹਨਾਂ ਦੇ ਬਲੱਡ 'ਚ ਹੈ, ਤੁਹਾਡੇ 'ਤੇ ਬਹੁਤ ਜ਼ੁਲਮ ਕੀਤਾ ਹੈ ਇਹਨਾਂ ਜਿਹੜਾ ਉਹ ਪਾਕਿਸਤਾਨੀ ਔਰ ਕਸ਼ਮੀਰੀ ਮੁਸਲਮਾਨਾਂ ਨੇ, ਆਓ ਅਸੀਂ ਤੁਹਾਨੂੰ ਹਥਿਆਰ ਦਿੰਦੇ ਹਾਂ, ਤੁਸੀਂ ਬਹਾਦਰ ਲੋਕ ਹੋ, ਆਪਣਾ ਡਿਫੈਂਸ ਆਪ ਕਰੋ। ਫਾਰੂਖ ਅਬਦੁੱਲਾ ਦਾ ਨੇ ਉਦੋਂ ਇਹ ਕਿਹਾ ਸੀ ਕਿ ਆਈ ਵਾਂਟਿਡ ਚਿੱਠੀ ਸਿੰਘਪੁਰਾ ਮੈਸੈਕਰ ਟੂ ਬੀ ਪ੍ਰੋਵਡ ਥੋਰੋਲੀ, ਸੋ ਹੀ ਆਈ ਰੋਡ ਟੂ ਸੈਂਟਰਲ ਗਵਰਨਮੈਂਟ ਬਟ ਸਮ ਪਾਵਰਸ ਡਿਡਨਟ ਵਾਂਟ ਚਿੱਠੀ ਸਿੰਘਪੁਰਾ ਟੂ ਬੀ ਇਨਵੈਸਟੀਗੇਟਿਡ। ਉਹਨੇ ਕਿਹਾ ਜੀ ਭਾਰ ਮੇਰੇ 'ਤੇ ਹੈਗਾ ਇਹ ਕਿਹਨੇ ਕੀਤਾ, ਪਰ ਮੈਂ ਇਹਨੂੰ ਇੱਕ ਕਿਤਾਬ ਰੂਪ 'ਚ ਲਿਖ ਦਿੱਤਾ, ਜਦੋਂ ਮੈਂ ਮਰ ਗਿਆ ਮੇਰੇ ਮਰਨ ਤੋਂ ਬਾਅਦ ਇਹ ਕਿਤਾਬ ਛਾਇਆ ਹੋਏਗੀ ਤਾਂ ਕਿ ਇਹ ਹਕੀਕਤ ਸਾਹਮਣੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਮੈਂ ਦਾ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ, ਮੈਂ ਵੀ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਜਿਉਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ, ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਅਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 21 ਮਾਰਚ 2022 8 ਚੇਤ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ, ਅਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਅਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸ਼ਿਨ ਕੇਬਲ, ਬੈਲਫਰਗਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਔਨਲਾਈਨ ਸਟ੍ਰੀਮਿੰਗ ਐਂਡ IP ਬਾਕਸ 'ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸਨੂੰ ਵੱਧ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ, ਅਤੇ ਨਾਲ ਹੀ YouTube 'ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 hours ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਜਿਹੜੀ ਸਪੋਂਸਰਸ਼ਿਪ ਹੈ ਉਸ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੋਂਸਰ ਕੀਤਾ ਗਿਆ ਅਟਲਾਂਟਾ ਤੋਂ ਵੀਰ ਦਲਜੀਤ ਸਿੰਘ ਰੈਣਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਬੇਨਤੀ ਕੀਤੀ ਹੈ ਕਿ ਸਾਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਵਧੇਰੇ ਉਪਰਾਲੇ ਕਰਨ ਦੀ ਲੋੜ ਹੈ। ਸਾਡੀ ਵੱਖਰੀ ਅਤੇ ਨਿਆਰੀ ਹੋਣ ਦੀ ਲੜਾਈ ਅਗਾਂਹ
जा के जो नौजवान ने उन्होंने लड़नी है। सो पंथक नैरेटिव मजबूत करने नौजवान पीढ़ी का अहम योगदान है। सो कौमी नजरिए मजबूत करने टीवी 84 की समुची टीम का धन्यवाद। पंथ को बनाए हुए अदारों की वो तो मदद करनी बनती है और वाहगुरु चढ़ती कला बख्शन। सो अज की स्पॉन्सरशिप असी वीर दलजीत सिंह रैना जी और तय दिल तो धन्यवाद करते हैं और तुहानू भी अपील ते बेनती करदे आं कि तुसीं भी प्रोग्राम सचो सच नूं वध तों वध स्पॉन्सर करो। स्पॉन्सरशिप लई तुसीं सानूं कॉल कर सकदे हो साडे फोन नंबर ते 5166191984, सेम नंबर ते वट्सएप कर सकदे हो, तुसीं सानूं ईमेल भी कर सकदे हो info@tvreport.tv ते। सो व्यूअर्स, पहले सैगमेंट दे विच आपां गल्लबात करन जा रहे हां कि 20 मार्च 2000 दा दिन अजोके समें दा वह काला दिन है जिस दिन अमरीकी प्रेजिडेंट क्लिंटन के भारत दौरे मौके कश्मीर वादी के चिट्ठी सिंहपुरा पिंड 35 सिखा गुरद्वारे की कंध नाल खड़ा करके गोलियां नाल भुन दिता गया सी। इस दर्दनाक वाकया 22 साल हो चुके ने लेकिन अज भी पीड़ित परिवार जड़े ने इंसाफ की भाल विच ने। सो एक कारा भारतीय खुफिया एजेंसियां वालों करवाया गया सी। सो अज दा जिहड़ा समुचा प्रोग्राम है इन्हां बेगुनाह जिहड़े सिख मारे गए सन उन्हां दी याद नूं आपां समर्पित करदे आं। सो इस बारे आपां विचार चर्चा करन जा रहे हां। सो असीं चाहवांगे कि तुसीं स्टार्टिंग तों लैके एंड तक इसी तरह बने रहना, देखण सुणने तुहाडा सब दा बहुत बहुत धन्यवाद जी। डॉक्टर साहब की विचार ने देखो, सब तो पहला तो अज के प्रोग्राम नूं स्पॉन्सर करन लई असीं वीर दलजीत सिंह रैणा जी का शुक्रिया अदा करते हैं। साड़ी अटलांटा फेरी वेले ये वीर मिले और बाद दे विच ऑफिस भी गलबात करते हैं और उन्होंने बड़े चा नाल नाल फोटोआं भी लुआई हैं। और वीर कुलदीप सिंह उन्होंने दस्सिया कि पंथक भावना रखते हैं, सिक्खी नूं प्यार करते हैं और साढ़े लिए हमेशा ही जिते भी असीं ट्रैवल करते हैं खास तौर पर ਜਦੋਂ ਸਾਨੂੰ ਇਸ ਕਿਸਮ ਦੇ ਵੀਰ ਭੈਣਾਂ ਮਿਲਦੇ ਨੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿੱਥੇ ਸਰਬੱਤ ਦੇ ਭਲੇ ਦਾ ਸੁਨੇਹਾ ਦੇਣ ਲਈ ਸਿੱਖ ਕੌਮ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਸਾਡੇ ਕੇਸਰੀ ਨਿਸ਼ਾਨ ਝੂਲਦੇ ਨੇ ਗੁਰਦੁਆਰਾ ਸਾਹਿਬਾਨ ਨੇ, ਉੱਥੇ ਗੁਰੂ ਨਾਨਕ ਦਾ ਸਰਬਸਾਂਝੀ ਵਾਲਤਾ ਦਾ ਮੈਸੇਜ ਵੀ ਜਾਂਦਾ। ਲੇਕਿਨ ਨਾਲ ਦੀ ਨਾਲ ਜਦੋਂ ਅਸੀਂ ਪੰਥ ਪ੍ਰਤੀ ਔਰ ਖਾਸ ਤੌਰ 'ਤੇ ਪੰਥਕ ਹੱਕਾਂ ਪ੍ਰਤੀ ਸੁਚੇਤ ਵੀਰਾਂ ਨੂੰ ਮਿਲਦੇ ਹਾਂ ਤਾਂ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਠੀਕ ਹੈ, ਬਹੁਤ ਸਾਰਾ ਮੀਡੀਆ ਦਾ ਪ੍ਰੋਪੇਗੈਂਡਾ ਪਿਛਲੀਆਂ 4 ਦਹਾਈਆਂ ਦੇ ਵਿੱਚ ਬਹੁਤ ਕੁਛ ਐਸਾ ਪ੍ਰਚਾਰਿਆ ਗਿਆ ਜਿਸ ਨੇ ਕਈ ਵਾਰ ਆਪਣਿਆਂ ਦੇ ਮਨਾਂ 'ਚ ਵੀ ਸ਼ੰਕੇ ਖੜ੍ਹੇ ਕੀਤੇ। ਜਿਹੜਾ ਸਾਡੇ ਨੌਜਵਾਨਾਂ ਦਾ ਅਣਖੀ ਦੌਰ ਸੀ ਉਸ ਨੂੰ ਕਾਲਾ ਦੌਰ ਕਹਿ ਕੇ ਜਾਂ ਆਤੰਕਵਾਦ ਔਰ ਦਹਿਸ਼ਤਗਰਦੀ ਔਰ ਇਸ ਨਾਲ ਜੋੜਿਆ ਗਿਆ। ਲੇਕਿਨ ਜਿਉਂ ਜਿਉਂ ਜਿਹੜਾ ਜਿਵੇਂ ਸੂਰਜ ਬਾਰੇ ਕਿਹਾ ਜਾਂਦਾ ਕਿ ਕੁਛ ਵਕਤ ਲਈ ਬੱਦਲ ਉਸ ਦੇ ਅੱਗੇ ਆ ਜਾਂਦੇ ਨੇ, ਹਨੇਰਾ ਵੀ ਕਰ ਦਿੰਦੇ ਨੇ, ਪਰ ਸੂਰਜ ਸੂਰਜ ਹੁੰਦਾ, ਅਖੀਰ ਬੱਦਲ ਛੱਡ ਜਾਂਦੇ ਨੇ। ਇਵੇਂ ਹੀ ਅਸੀਂ ਇਹ ਯਕੀਨ ਕਰਦੇ ਹਾਂ ਕਿ ਸੱਚ ਹਮੇਸ਼ਾ ਸੱਚ ਹੁੰਦਾ, ਉਹ ਪੁਰਾਣਾ ਨਹੀਂ ਹੁੰਦਾ। ਕਈ ਵਾਰ ਕੂੜ ਵਿਕਦਾ, ਝੂਠ ਵਿਕਦਾ, ਕਿਉਂਕਿ ਕੂੜ ਨੂੰ ਪਰੋਸਿਆ ਜਾਂਦਾ। ਜਿਵੇਂ ਅਸੀਂ ਅੱਜ ਦੇ ਮਾਹੌਲ 'ਚ ਵੀ ਦੇਖ ਰਹੇ ਹਾਂ ਕਿ ਮੋਦੀ ਐਂਡ ਕੰਪਨੀ ਉਹਨਾਂ ਦੀ ਹਿੰਦੂਤਵਾਦੀ ਵਿਚਾਰਧਾਰਾ ਕਿਸ ਅੰਦਾਜ਼ ਦੇ ਵਿੱਚ ਉਹ ਸੁਸਾਇਟੀ ਦੇ ਵਿੱਚ ਇੱਕ ਪੋਲਰਾਈਜੇਸ਼ਨ ਕਰ ਰਹੇ ਨੇ, ਪਾਲਾਬੰਦੀ ਕਰ ਰਹੇ ਨੇ, ਮਜ਼ਹਬਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਨੇ। ਔਰ ਉਸ ਦਾ ਛੇਕੜਲਾ ਉਦਾਹਰਣ ਅਸੀਂ ਕਸ਼ਮੀਰ ਫਾਈਲਸ ਫਿਲਮ ਦੇ ਰੂਪ ਦੇ ਵਿੱਚ ਜਿਹੜੀ ਖੁਦ ਇਹਨਾਂ ਨੇ ਸਪੋਂਸਰ ਕਰਵਾ ਕੇ ਬਣਵਾਈ ਹੈ ਔਰ ਉਹੀ ਜਿਹੜਾ ਅਗਨੀਹੋਤਰੀ ਇਹਨਾਂ ਦਾ ਹੀ ਕਰਿੰਦਾ ਹੈ BJP ਦਾ। ਔਰ ਇਸ ਨਾਲ ਕਿਸ ਕਿਸਮ ਦੀ ਨਫ਼ਰਤ ਉੱਥੇ ਅਸੀਂ ਦੇਖ ਰਹੇ ਹਾਂ ਕਿ ਕਈ ਵਾਰ ਥੀਏਟਰਸ ਦੇ ਵਿੱਚ ਜਿੱਥੇ ਫਿਲਮ ਚੱਲ ਰਹੀ ਹੈ ਔਰ ਜਿੰਨੀਆਂ BJP ਰੂਲਡ ਸਟੇਟਸ ਨੇ ਉਹਨਾਂ ਦੇ ਵਿੱਚ ਉਸ ਦਾ ਟੈਕਸ ਮਾਫ ਸਪੈਸ਼ਲ ਛੁੱਟੀ ਦੇ ਕੇ ਦਿਖਾਇਆ ਜਾ ਰਿਹਾ। ਈਵਨ ਚੰਡੀਗੜ੍ਹ ਜਿਹੜਾ ਪੰਜਾਬ ਦੀ ਰਾਜਧਾਨੀ ਹੈ ਪਰ ਯੂਨੀਅਨ ਟੈਰੀਟਰੀ ਹੋਣ ਕਰਕੇ ਉਸ ਦਾ ਕੰਟਰੋਲ ਮੋਦੀ ਕਿਆਂ ਕੋਲ ਹੈ, ਉਹਦੇ 'ਚ ਵੀ ਉਹਨਾਂ ਨੇ ਉਹਨੂੰ ਟੈਕਸ ਫਰੀ ਕੀਤਾ। ਔਰ ਥੀਏਟਰ ਦੇ ਵਿੱਚ ਇਹ ਆਵਾਜ਼ਾਂ ਹੋ ਰਹੀਆਂ ਹੁੰਦੀਆਂ ਨੇ ਕਿ ਇਹਨ ਮੁੱਲੋਂ ਕੋ ਕਾਟ ਦਿਓ। ਔਰ ਈਵਨ ਇੱਥੋਂ ਤੱਕ ਕਿ ਇੱਕ ਅੱਜ ਮਾਸਕ ਦੇ ਵਿੱਚ ਇੱਕ ਸਾਧੂ ਨਮਾਜ ਨੂੰ ਬਣਾਇਆ ਹੋਇਆ, ਉਹ ਇਹ ਕਹਿ ਰਿਹਾ ਕਿ ਇਹਨਾਂ ਦੀਆਂ ਔਰਤਾਂ ਚੁੱਕ ਲਓ, ਇਹਨਾਂ ਨੂੰ ਮਾਰ ਦਿਓ, ਇਹਨਾਂ ਦਾ ਸਫਾਇਆ ਕਰ ਦਿਓ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ, ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਹਰਿਦੁਆਰ ਦੀ ਧਰਮ ਸੰਸਦ ਦੇ ਵਿੱਚ ਵੀ ਇਹ ਕੌਲ ਦਿੱਤੀ ਗਈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾਈਏ ਕਿ 20 ਕਰੋੜ ਮੁਸਲਮਾਨ ਨੇ ਭਾਰਤ ਦੇ ਵਿੱਚ, ਜੇ ਦੁਨੀਆ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਇੰਡੋਨੇਸ਼ੀਆ 'ਚ ਹੈ, ਉਸ ਤੋਂ ਬਾਅਦ ਪਾਕਿਸਤਾਨ 'ਚ ਹੈ ਔਰ ਤੀਸਰੀ ਭਾਰਤ ਦੇ ਵਿੱਚ ਹੈ। ਜੇ 20 ਕਰੋੜ ਮੁਸਲਮਾਨ ਅੱਜ ਉਸ ਨਫ਼ਰਤ ਦਾ ਸ਼ਿਕਾਰ ਹੋ ਕੇ ਇਸ ਕਦਰ ਇਨਸਕਿਓਰ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਖਿਲਾਫ਼ ਕਿਵੇਂ ਹੇਟ ਕ੍ਰਾਈਮ ਚੱਲ ਰਿਹਾ,
और क्योंकि आने वाले पीरियड दे विच गुजरात और राजस्थान दियां असैम्बली चोणां ने और ये सौखा फार्मूला है कि नफरत फैलाओ और नफरत दे थले फिर तुसीं अपना हिंदुत्वा दा वोट बैंक मजबूत करो। तो जे 20 करोड़ मुसलमान इन्हां दे लई कोई माने नहीं रखते तो सानू ये सोचना पएगा कि असी लगभग 20 या 25 मिलियन 2 या 2.5 करोड़ उत्थे हैं 6 मिलियन बाहर ने साढ़े नाल की होण जा रहा और असी गल करांगे कि किवें अज पंजाब नू भी किवें लाला केजरीवाल ने एक उस किस्म का एक सौदेबाजी का बना लिया पैसे कट्ठे करन लई भी और किवें जिहड़ियां 5 राज्यसभा दियां सीटां जिहड़ियां सी पंजाब चों पुर करनियां किवें 4 जिहड़ियां ने वो करोड़ों के विच वेचियां गई हैं और वो जिन्होंने वेचियां गई उन्हों का पंजाब जा पंजाब दे हितां दे नाल कोई लागा देगा नहीं है। तो जदों इस किस्म का माहौल सिरजिया होया तो फिर TV 84 होए जां होर पंथक भी जिहड़े वीर पैणा जिहड़े सच की गल करदे ने इस गल नूं असीं हमेशा एम्फेसाइज करके कहिंदे हां कि साडी लड़ाई किसी धर्म के खिलाफ नहीं है। जिवें 18वीं सदी च भी साडी लड़ाई जुल्म दे खिलाफ सी इस्लाम दे खिलाफ नहीं सी अज भी साडी लड़ाई कोई हिंदू धर्म दे खिलाफ नहीं है। ये हिंदुत्ववादी विचारधारा वाले जिहड़े नफरत फैला रहे ने और साडी लड़ाई दरियाए जमुना तो वाघा तक अपने हक्कां दे लई इंडिपेंडेंट सॉवरन नेशन खालिस्तान की लिबरेशन दे लई है क्योंकि जून 84 तक पहुँचदे असीं सिट्टे ते पहुँच गए सी कि सिख कौम सिखी आदर्श सरबत दे भले दा कॉन्सैप्ट असीं इन्हां दी विचारधारा वाले मुल्क दे विच लागू नहीं कर सकते। सानू अपनी सर जमीन दे उत्ते तां कि बिना जात रंग नसल धर्म जेंडर दे वितकरे दे सारे जिहड़ी है परस्यूट ऑफ हैप्पीनेस कर सकन। सो वीर दलजीत सिंह रैणा जी दा असीं शुक्रिया अदा करदे हां कि वह TV 84 नूं एडमायर करदे ने और उन्होंने अज दे प्रोग्राम नूं स्पोंसर किया। अज जदों असीं गल कर रहे हां बेशक 21 मार्च का दिन है पर जिवें असीं जदों जून दे पहले हफ्ते 6 जून तक पहुँचते हैं तो जून 84 का घल्लूकार है इन्ने वरे बीतण बाद भी इवें ही जापदा कि तुहाडियां अखां सामने वापर रहे। इस तरह जदों असीं नवंबर दियां पहलियां तरीकां दे विच आंदे हैं 31 अक्तूबर तो एकदम बाद तो नवंबर का पहला हफ्ता दिल्ली कानपुर बकारो भारत भर दे विच जिथे सिखां दी नसलकुशी कीती गई उन्हां दी चीखो पुकार उन्हां दा दर्द उस पीड़ नूं तुसीं अपने अंदर महसूस करदे हो। लेकिन ज्यों ही 20 मार्च का दिन आंदा है और असीं वो कश्मीर वादी जिहड़ी चिनारां दे रुखां दी गल लेकिन चिनारां दे हंझुआं दी गल उस धरती दे उत्ते 20 मार्च 2000 दा दिन सी कश्मीर वादी दा ज़िला अनंतनाग उसका छोटा जिहा सिख आबादी वाला पिंड चिट्ठी सिंहपुरा होली वाला दिन और इस गल का ध्यान रहे कि 20 मार्च का दिन वो दिन है जिस नूं यूनाइटेड नेशनज ने इंटरनेशनल हैप्पीनैस डे दे तौर पर रैकगनाइज किया हो। दुनिया भर के इस दिन नूं इंटरनेशनल हैप्पीनैस डे दे तौर पर मनाया जाता है और ईवन इस दे उत्ते एक प्रॉपर रिपोर्ट कढ़ी जाती है जिवें वीकेंड दे उत्ते रिपोर्ट सी उहदे च हुंदा है कि दुनिया च सब तो ज़्यादा खुश रहने वाले लोग किहड़े मुल्क च ने और फिर हुंदा है कि सब तो ज़्यादा दुखी जां अनहैप्पी लोग कित्थे ने। सो इस वार फिनलैंड हुण जदों असीं रूस यूक्रेन टक्कर दी गल कर रहे हैं तो फिर यूरोप दे ओह सारे मुल्क जिन्हां दे विच फिनलैंड स्विट्जरलैंड ये सारे नाल नाल लगदे ने इस वार दे जिहड़ा 2022 दा इंडैक्स है उहदे थले सब तो जिहड़ा खुश रहने वाले लोगों का मुल्क है वह फिनलैंड है और सब तो दुखी सब तो अनहैप्पी लोगों का मुल्क जो कोई है तो वह अफगानिस्तान है और ये आलमोस्ट 140 तो ज़्यादा मुल्कों के सर्वे के उत्ते आधारित है। हुण इस तरह 2020 का जिहड़ा 20 मार्च का ही दिन सी इंटरनेशनल हैप्पीनैस डे जिस दिन अमरीका के प्रेजिडेंट क्लिंटन दिल्ली दे एयरपोर्ट ते उन्होंने पैर रखे और उस रात कुदरतन 2020 दे विच होली दा दिन भी 20 मार्च नूं सी और उस दिन उस चिट्ठी सिंहपुरा पिंड चों किवें घरां चों कढ के कहा गया कि जी कोई खास अनाउंसमेंट करनी है पिंड दे विच 2 गुरद्वारे ने और उत्थे उन्होंने कहा भी हर मेल मैंबर जिहड़ा वो नाल चले
ਔਰ ਜਿਹੜੇ ਉੱਥੇ ਆਏ ਉਹਨਾਂ ਦੇ ਚਿਹਰਿਆਂ 'ਤੇ ਹੋਲੀ ਮਲੀ ਹੋਈ ਸੀ, ਫੌਜੀ ਪਹਿਰਾਵੇ ਦੇ ਵਿੱਚ ਸਨ, ਔਰ ਘਰਾਂ 'ਚੋਂ ਉਹਨਾਂ ਨੇ ਨੌਜਵਾਨਾਂ ਨੂੰ ਸਿੱਖ ਮੇਲਸ ਉਹਨਾਂ ਨੂੰ ਕੱਢਿਆ ਔਰ ਉਹਨਾਂ ਚਿੱਠੀ ਸਿੰਘਪੁਰਾ ਦੇ ਦੋ ਗੁਰਦੁਆਰਿਆਂ ਦੇ ਨਾਲ ਕੋਲ ਲਿਜਾ ਕੇ ਉਹਨਾਂ ਦੀ ਕੰਧ ਨਾਲ ਖੜ੍ਹਾ ਕਰ ਦਿੱਤਾ ਔਰ ਫਿਰ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ। 36 ਸਿੱਖ ਸਨ ਜਿਹੜੇ ਉਸ ਸਾਰੇ ਦੇ ਵਿੱਚ ਇਕੱਠੇ ਕੀਤੇ ਗਏ ਔਰ ਉਹਨਾਂ 'ਚੋਂ 35 ਜਿਹਨਾਂ ਨੂੰ ਮੌਕੇ ਦੇ ਉੱਤੇ ਮਰਨ ਤੋਂ ਬਾਅਦ ਵੀ ਚੈੱਕ ਕੀਤਾ ਗਿਆ ਕਿ ਕੋਈ ਸਰਵਾਈਵਰ ਤਾਂ ਨਹੀਂ ਹੈ, ਲੇਕਿਨ ਇੱਕ ਸਿੱਖ ਨਾਨਕ ਸਿੰਘ ਨਾਂ ਦਾ ਲਗਭਗ 40 ਵਰੇ ਦਾ ਸਿੱਖ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਰ ਉਹ ਲਾਸ਼ਾਂ ਦੇ ਢੇਰ ਦੇ ਵਿੱਚ ਇਵੇਂ ਹੀ ਪਿਆ ਰਿਹਾ ਜਿਵੇਂ ਕਿ ਉਹ ਮਰ ਗਿਆ ਹੋਏ, ਔਰ ਉਹੀ ਇੱਕੋ ਇੱਕ ਟੈਸਟੀਮਨੀ ਹੈ ਜਿਸ ਤੋਂ ਸਾਨੂੰ ਅੰਦਾਜ਼ਾ ਹੁੰਦਾ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ ਫੌਜ ਦੇ ਆਪਣੇ ਰੋਗ ਸੈਲਸ ਨੂੰ ਇਸਤੇਮਾਲ ਕਰਕੇ ਕਾਰਾ ਕਰਵਾਇਆ, ਕਿਉਂਕਿ ਨਾਨਕ ਸਿੰਘ ਨੇ ਦੱਸਿਆ ਕਿ ਇਹ ਜਿਹੜਾ ਕਾਰਾ ਕਰਨ ਤੋਂ ਬਾਅਦ ਉਹਨਾਂ ਨੇ ਜੈ ਹਿੰਦ ਜੈ ਮਾਤਾ ਦੀ ਭਾਰਤ ਮਾਤਾ ਕੀ ਜੈ ਇਸ ਦੇ ਨਾਅਰੇ ਵੀ ਉਹਨਾਂ ਨੇ ਲਾਏ ਔਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਹੋਲੀ ਮਲੀ ਹੋਈ ਸੀ ਔਰ ਉਹਨਾਂ ਦਾ ਜਿਹੜਾ ਲੀਡਰ ਆਫਿਸਰ ਸੀ ਉਹਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਸੀ ਔਰ ਉਹ ਖੁਦ ਪੀ ਕੇ ਦੂਸਰਿਆਂ ਨੂੰ ਵੀ ਦੇ ਰਿਹਾ ਸੀ। ਹੁਣ ਇਹ ਕਹਾਣੀ ਜਿਹੜੀ ਕਿ 22 ਸਾਲ ਆਲਮੋਸਟ ਅਸੀਂ ਪਿਛਲੇ 10 ਵਰਿਆਂ ਤੋਂ ਤਾਂ ਜ਼ਰੂਰ ਦੁਹਰਾਉਂਦੇ ਹਾਂ ਜਦੋਂ ਤੋਂ TV 84 ਦੇ ਉੱਤੇ ਅਸੀਂ ਪ੍ਰੋਗਰਾਮ ਕਰਦੇ ਹਾਂ ਕਿ ਕਿਵੇਂ ਇਹ ਕਾਰਾ ਉਸ ਦਿਨ ਕੀਤਾ ਗਿਆ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਸ਼ੁਰੂ ਹੋਣੀ ਸੀ। ਇਹ 2020 ਦਾ ਉਹੀ ਜਿਹੜਾ 2000 ਦਾ ਉਹੀ ਵਰ ਹੈ ਜਦੋਂ ਕਿ ਕਸ਼ਮੀਰ ਦੇ ਵਿੱਚ ਆਜ਼ਾਦੀ ਮੂਵਮੈਂਟ ਜਿਹੜੀ ਹੈ ਆਪਣੀ ਸਿਖਰ ਦੇ ਉੱਤੇ ਸੀ ਔਰ ਇਹ ਆਨਸਰੇਬਲ ਬਣਾਇਆ ਜਾਣਾ ਸੀ ਭਾਰਤੀ ਹਕੂਮਤ ਨੂੰ ਕਿ ਤੁਸੀਂ ਇਸ ਮਸਲੇ ਦਾ ਹੱਲ ਕਰੋ ਔਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਦਿੱਲੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, LK ਅਡਵਾਨੀ ਹੋਮ ਮਿਨਿਸਟਰ ਸੀ ਔਰ LK ਅਡਵਾਨੀ ਨੇ ਕਿਉਂਕਿ ਅੱਜ ਕੱਲ੍ਹ ਜਦੋਂ ਕਸ਼ਮੀਰ ਫਾਇਲਸ ਫਿਲਮ ਦਾ ਜ਼ਿਕਰ ਬਾਰ ਬਾਰ ਹੋ ਰਿਹਾ ਹੈ ਕਿ ਕਿਵੇਂ ਕਸ਼ਮੀਰੀ ਪੰਡਤਾਂ ਦੀ ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ 'ਚ ਕਿਹਾ ਜਾ ਰਿਹਾ ਉਹਨਾਂ ਦੀ ਹਿਜਰਤ ਹੋਈ ਉਹਨਾਂ 'ਤੇ ਜ਼ੁਲਮ ਹੋਏ, ਲੇਕਿਨ ਅਸੀਂ ਅੱਗੇ ਵੀ ਗੱਲ ਕੀਤੀ ਕਿ ਕਿਵੇਂ ਜੋ ਵੀ ਕਸ਼ਮੀਰ ਵਾਦੀ ਦੇ ਵਿੱਚ ਭਾਵੇਂ ਸਰਕਾਰ ਕਿਸੇ ਦੀ ਹੋਏ, ਉਦੋਂ ਫਾਰੂਕ ਅਬਦੁੱਲਾ ਦੀ ਸਰਕਾਰ ਸੀ ਜਦੋਂ ਇਹ ਚਿੱਠੀ ਸਿੰਘਪੁਰਾ ਦਾ ਵਾਕਿਆ ਕਰਵਾਇਆ ਜਾਂਦਾ ਔਰ ਉਸ ਤੋਂ ਪਹਿਲਾਂ ਜਦੋਂ ਜਗਮੋਹਨ ਨੂੰ ਕਸ਼ਮੀਰ ਦੇ ਵਿੱਚ ਭੇਜਿਆ ਗਿਆ ਸੀ ਉਦੋਂ ਵੀ ਫਾਰੂਕ ਅਬਦੁੱਲੇ ਦੀ ਹਕੂਮਤ ਸੀ ਔਰ ਉਸਨੇ ਇੱਕ ਦਿਨ ਪਹਿਲਾਂ ਹੀ ਜਦੋਂ ਉਹਨੂੰ ਪਤਾ ਲੱਗਾ ਕਿ ਭਾਈ ਇਹਨੂੰ ਭੇਜਿਆ ਜਾ ਰਿਹਾ, ਕਿਉਂਕਿ ਜਗਮੋਹਨ ਨਟੋਰੀਅਸ ਸੀ ਤੁਰਕਮਾਨ ਗੇਟ 'ਚ ਐਮਰਜੈਂਸੀ ਦੇ ਵੇਲੇ ਔਰ ਦੂਸਰੇ ਬਹੁਤ ਜ਼ਾਲਮਾਨਾ ਅੰਦਾਜ਼ ਦਾ ਬੰਦਾ, ਸੰਜੇ ਗਾਂਧੀ ਦਾ ਯਾਰ ਸੀ, ਬਾਅਦ 'ਚ BJP ਨੇ ਵੀ ਉਹਨੂੰ ਗਵਰਨਰ ਲਾਇਆ ਅਤੇ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਹੁਣ ਕਿਉਂਕਿ ਕਸ਼ਮੀਰ ਦੇ ਵਿੱਚ ਜੋ ਕੁਛ ਵੀ ਵਾਪਰਦਾ, ਜਿਵੇਂ ਅੱਜ ਪੰਜਾਬ 'ਚ ਪਿਛਲੇ ਲਗਭਗ 4 ਦਹਾਈਆਂ ਤੋਂ ਜੂਨ 84 ਤੋਂ ਬਾਅਦ ਖਾਸ ਤੌਰ 'ਤੇ ਜੋ ਕੁਛ ਵੀ ਵਾਪਰਦਾ, ਹਕੂਮਤ ਉੱਥੇ ਕਿਸੇ ਦੀ ਆ ਜਾਏ ਉਹਨੂੰ ਭਾਰਤ ਦੀਆਂ ਖੁਫੀਆ ਏਜੰਸੀਆਂ ਰਨ ਕਰਦੀਆਂ ਨੇ। ਕਸ਼ਮੀਰ ਦੇ ਹਵਾਲੇ ਨਾਲ ਤਾਂ ਇਹ 47 ਤੋਂ ਇਕਦਮ ਬਾਅਦ ਹੀ ਇਹ ਵਰਤਾਰਾ ਰਿਹਾ, ਉੱਥੇ ਫਾਰੂਕ ਅਬਦੁੱਲਾ ਆ ਜਾਏ, ਮੀਰ ਕਾਸਮ ਆ ਜਾਏ, ਉਸ ਤੋਂ ਪਹਿਲਾਂ ਜਿਹੜਾ ਹੈ ਉਹ GM ਸੈਯਦ ਸੀ, ਇਹ ਸਾਰੇ ਹੀ ਅਲਟੀਮੇਟਲੀ ਉਹਨਾਂ ਦੇ ਏਜੰਸੀਆਂ ਲਈ ਕੰਮ ਕਰਨ ਵਾਲੇ ਰਹਿ ਜਾਂਦੇ ਨੇ। ਕਈ ਵਾਰ ਉਹ ਦੇਖ ਵੀ ਰਹੇ ਹੁੰਦੇ ਨੇ ਪਰ ਕੁਰਸੀ ਦਾ ਮੋਹ ਉਹਨਾਂ ਨੂੰ ਉਹ ਛੱਡਣ ਨਹੀਂ ਦਿੰਦਾ ਕੁਰਸੀ। ਲੇਕਿਨ ਇਹ ਜਿਹੜਾ ਵਾਕਿਆ ਸੀ, ਜ਼ਾਹਰ ਹੈ ਕਿ ਕਿਸੇ ਨੂੰ ਕੋਈ ਇਹ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਫੌਰਨ ਭਾਰਤੀ ਏਜੰਸੀਆਂ ਨੇ ਇਸ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣ ਲਈ ਇਹ ਕਿਹਾ ਕਿ ਜੀ ਲਸ਼ਕਰੇ ਤੋਇਬਾ ਉਹਨਾਂ ਨੇ ਜਿਹੜਾ ਇਹ ਕਾਰਾ ਕੀਤਾ। ਔਰ ਫਿਰ ਗੱਲ ਇੱਥੇ ਨਹੀਂ ਰੁਕੀ, ਜਦੋਂ ਤੁਸੀਂ ਕੋਈ ਝੂਠਾ ਕੰਮ ਕਰਨਾ ਹੈ ਔਰ ਫਿਰ ਤੁਸੀਂ ਉਹਦਾ ਐਵੀਡੈਂਸ ਵੀ ਇੱਕਦਮ ਤਿਆਰ ਕਰਨਾ, 2-3 ਦਿਨਾਂ ਬਾਅਦ ਉਹਨਾਂ ਨੇ ਜਿਹੜੇ ਲਾਗਲੇ ਪਿੰਡਾਂ 'ਚੋਂ ਹੀ ਨੌਜਵਾਨ ਚੁੱਕੇ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜੇ ਜਿਨ੍ਹਾਂ ਨੇ ਕਾਰਾ ਕੀਤਾ ਸੀ ਉਹਨਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਪਰ ਇਹ ਫਿਰ ਪਤਾ ਲੱਗਾ ਕਿ ਭਾਈ ਉਹ ਜਿਹੜੇ 5 ਨੌਜਵਾਨ ਮਾਰੇ ਨੇ ਉਹ ਤਾਂ ਲਾਗਲੇ ਪੱਥਰੀ ਬਾਲੂ ਦੇ ਨੇੜੇ ਪੈਂਦਾ, ਉੱਥੋਂ ਦੇ ਪਿੰਡਾਂ ਦੇ ਨੌਜਵਾਨ ਚੁੱਕ ਉਹਨਾਂ ਦੇ ਕੱਪੜੇ ਘਰਦਿਆਂ ਨੇ ਪਛਾਣੇ। ਔਰ ਇਸ ਦੇ ਉੱਤੇ ਜਦੋਂ ਫਿਰ ਪ੍ਰੋਟੈਸਟ ਲੋਕਾਂ ਨੇ ਕੀਤਾ ਲੋਕਾਂ ਨੇ ਕਿ ਤੁਸੀਂ ਸਾਡੇ ਪੁੱਤਰ ਚੁੱਕ ਕੇ ਮਾਰ ਦਿੱਤੇ ਨੇ ਪਾਕਿਸਤਾਨੀ ਕਹਿ ਕੇ, ਅਤੇ ਉਸ ਪ੍ਰੋਟੈਸਟ ਦੇ ਉੱਤੇ ਵੀ ਗੋਲੀ ਚਲਾਈ ਗਈ ਔਰ 6 ਜਿਹੜੇ ਨੇ ਫਿਰ ਕਸ਼ਮੀਰੀ ਹੋਰ ਮਾਰ ਦਿੱਤੇ ਗਏ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਔਰ ਇਹ ਜਿਹੜੀ ਗੱਲ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਇਹ ਕਿਵੇਂ ਇਹ ਜਿਹੜਾ ਸਾਰਾ ਕਾਰਾ ਕੀਤਾ ਗਿਆ ਔਰ ਇਸ ਦਾ ਸੰਬੰਧ ਕਿਵੇਂ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਦੇ ਨਾਲ ਸੀ ਔਰ ਇਹ ਗੱਲ
ਬਾਅਦ ਦੇ ਵਿੱਚ ਕਿਵੇਂ ਕਲਿੰਟਨ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਕਬੂਲੀ, ਉਹਦੀ ਗੱਲ ਵੀ ਅਸੀਂ ਕਰਾਂਗੇ। ਔਰ ਅਡਵਾਨੀ ਨੇ ਉਸ ਤੋਂ ਬਾਅਦ ਇੱਕ ਥਾਂ ਦੇ ਉੱਤੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਕਸ਼ਮੀਰ ਦੇ ਉੱਤੇ ਜਿਹੜੀ ਭਾਰਤ ਵਿਰੋਧੀ ਲਾਈਨ ਇੰਟਰਨੈਸ਼ਨਲ ਲੌਬੀ ਦੇ ਵਿੱਚ ਸੀ, ਤਿੰਨ ਘਟਨਾਵਾਂ ਨੇ ਕਸ਼ਮੀਰ ਦੇ ਵਿੱਚ ਜਿਹੜਾ ਉਹ ਭਾਰਤ ਐਂਟੀ ਇੰਡੀਆ ਜਿਹੜੀ ਜਿਹੜਾ ਵਿਊ ਪੁਆਇੰਟ ਬਣ ਰਿਹਾ ਸੀ ਉਹਨੂੰ ਮੋੜ ਦਿੱਤਾ। ਉਹਨੇ ਕਿਹਾ ਜੀ ਪਹਿਲੀ ਕਾਰਗਿਲ, ਹੁਣ ਜ਼ਾਹਰ ਹੈ ਕਾਰਗਿਲ 1999 'ਚ ਹੁੰਦੀ ਹੈ ਕਿ ਭਾਈ ਉਹਦੇ 'ਚ ਵੀ ਕਿ ਦੇਖੋ ਜੀ ਪਾਕਿਸਤਾਨ ਨੇ ਕਾਰਗਿਲ ਦੀਆਂ ਪਹਾੜੀਆਂ ਆਕੂਪਾਈ ਕੀਤੀਆਂ ਔਰ ਫੌਜੀ ਐਕਸ਼ਨ ਯੇ ਵੋ। ਉਦੋਂ ਵੀ ਕਲਿੰਟਨ ਨੇ ਨਵਾਜ਼ ਸ਼ਰੀਫ ਨੂੰ ਵਾਸ਼ਿੰਗਟਨ DC ਸੱਦ ਕੇ ਫਾਈਨਲ ਉਹ ਲੜਾਈ ਜਿਹੜੀ ਆ ਬੰਦ ਕਰਵਾਈ ਸੀ। ਔਰ ਅਡਵਾਨੀ ਦਾ ਕਹਿਣਾ ਸੀ ਕਿ ਵੀ ਇੱਕ ਵਾਕਿਆ ਇਹ, ਦੂਸਰਾ ਇੰਡੀਅਨ ਏਅਰਲਾਈਨ ਦੇ ਜਹਾਜ਼ ਦਾ ਅਗਵਾ ਉਸ ਪੀਰੀਅਡ ਦੇ ਵਿੱਚ ਹੋਇਆ, ਔਰ ਤੀਸਰਾ ਚਿੱਠੀ ਸਿੰਘਪੁਰਾ ਹੁਣ। ਔਰ ਇਹੀ ਗੱਲ ਨਹੀਂ ਹੈ ਇਹ ਕਿਵੇਂ ਇੱਕ ਪਾਸੇ ਜਦੋਂ ਜਗਮੋਹਨ ਨੇ ਕਸ਼ਮੀਰੀ ਪੰਡਤਾਂ ਦੀ ਉੱਥੋਂ ਮਾਈਗ੍ਰੇਸ਼ਨ ਦੇ ਵਿੱਚ ਫੈਸਿਲੀਟੇਟ ਕੀਤਾ, ਇਹਨਾਂ ਦਾ ਹੀ ਮਾਸਟਰ ਮਾਈਂਡ ਸੀ, ਉਦੋਂ ਸਿੱਖਾਂ ਦੇ ਉੱਤੇ ਵੀ ਦਬਾਅ ਬਣਾਇਆ ਹੋਇਆ ਸੀ ਵਾਦੀ ਦੇ ਵਿੱਚ ਸਿੱਖਾਂ ਦੇ ਉੱਤੇ ਕਿ ਜੀ ਤੁਸੀਂ ਇੱਥੋਂ ਜਾਓ, ਤਾਂ ਕਿ ਉਹ ਤਾਂ ਇੱਕ ਪਾਸਾ ਕਰਕੇ ਮੁਸਲਮਾਨਾਂ ਨਾਲ ਵੀ ਨਿਬੜਨਾ ਚਾਹੁੰਦੇ ਸੀ ਕਸ਼ਮੀਰ ਦੇ, ਔਰ ਦੂਸਰਾ ਸਿੱਖਾਂ ਦੀ ਹੋਸਟੈਲਿਟੀ ਖੜੀ ਕਰਨੀ ਮੁਸਲਮਾਨਾਂ ਦੇ ਨਾਲ। ਲੇਕਿਨ ਸਿੱਖਾਂ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਕੋਈ ਹਥਿਆਰਬੰਦ ਸੰਘਰਸ਼ ਦਾ ਹਿੱਸਾ ਨਹੀਂ ਹੈ, ਲੇਕਿਨ ਸਾਡੀ ਇਹਨਾਂ ਦੇ ਨਾਲ ਸਾਡੇ ਕਸ਼ਮੀਰੀ ਭਰਾ ਨੇ, ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਨਿਊਟਰਲ ਹੈ ਇਸ ਸਾਰੇ 'ਚ, ਅਸੀਂ ਨਾ ਭਾਰਤੀ ਫੌਜ ਦਾ ਸਾਥ ਦਿੰਦੇ ਨਾ ਅਸੀਂ ਕੋਈ ਜੁਝਾਰੂਆਂ ਦੇ ਕਾਡਰ ਦੇ ਵਿੱਚ ਹਥਿਆਰ ਚੁੱਕ ਕੇ ਲੜ ਰਹੇ ਹਾਂ, ਇਸ ਲਈ ਅਸੀਂ ਠੀਕ ਹੈ, ਸਾਡੀ ਸਰਜ਼ਮੀਨ ਹੈ। ਸਦੀਆਂ ਤੋਂ ਇਸ ਗੱਲ ਦਾ ਧਿਆਨ ਰਹੇ ਕਿ ਕਸ਼ਮੀਰ ਦੇ ਵਿੱਚ ਵੀ ਸਿੱਖੀ ਉੱਨੀ ਪੁਰਾਣੀ ਹੈ ਜਿੰਨੀ ਪੰਜਾਬ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਮਟਨ ਗਏ, ਗੁਰੂ ਹਰਗੋਬਿੰਦ ਸਾਹਿਬ ਗਏ, ਔਰ ਤੁਹਾਨੂੰ ਕਸ਼ਮੀਰ ਵਾਦੀ ਦੇ ਵਿੱਚ ਇਤਿਹਾਸਕ ਗੁਰਦੁਆਰੇ ਬਹੁਤ ਮਿਲਦੇ ਨੇ, ਪਹਿਲੀ ਪਾਤਸ਼ਾਹੀ ਦੇ, 6ਵੀਂ ਪਾਤਸ਼ਾਹੀ ਦੇ। ਸੋ ਕਸ਼ਮੀਰੀ ਸਿੱਖ ਓਰੀਜਨਲੀ ਉਵੇਂ ਹੀ ਸਿੱਖ ਨੇ 550 ਸਦੀਆਂ ਤੋਂ ਜਿਵੇਂ ਪੰਜਾਬ ਦੇ ਸਿੱਖ ਨੇ, ਔਰ ਇਹੀ ਕਾਰਨ ਸੀ ਕਿ ਉਹਨਾਂ ਨੇ, ਔਰ ਉਹ ਕਸ਼ਮੀਰੀ ਬੋਲਣ ਐਵਰੀ ਇੰਚ ਉਹ ਕਸ਼ਮੀਰੀ ਨੇ, ਉਹਨਾਂ ਦੀ ਉਹੀ ਬੋਲੀ ਉਹੀ ਕਲਚਰ ਉਸੇ ਤਰ੍ਹਾਂ ਹੀ ਉਹਨਾਂ ਦਾ ਰਹਿਣ ਸਹਿਣ, ਮਜ਼ਹਬ ਦਾ ਵੱਖਰੇਵਾਂ। ਔਰ ਕਸ਼ਮੀਰ ਦੇ ਵਿੱਚ ਜਿਹੜਾ ਇਸਲਾਮ ਵੀ ਹੈ, ਕਿਉਂਕਿ ਸੂਫੀ ਇਸਲਾਮ ਹੈ, ਉਹ ਇੱਕ ਦੂਸਰੇ ਦੇ ਨਾਲ ਬੜੇ ਟੋਲਰੇਟ ਕਰਨ ਵਾਲੇ ਔਰ ਬਿਲਕੁਲ ਆਪਣੇ ਔਰ ਪੱਕੇ ਸਿੱਖ, ਜਿਹੜੇ ਕਕਾਰਾਂ ਦੀ ਬੇਅਦਬੀ ਨਹੀਂ ਕਰਦੇ, ਕੇਸ ਕਤਲ ਨਹੀਂ ਕਰਵਾਉਂਦੇ, ਔਰ ਫੈਲੋ ਮੁਸਲਿਮਸ ਦੇ ਨਾਲ ਵੀ ਉਹਨਾਂ ਦੀ ਉਹ ਸਾਂਝ ਰਹੀ। ਹੁਣ ਉਹ ਜਿਹੜਾ ਜਗਮੋਹਨ ਵਾਲਾ ਪਾਰਟ ਕੰਟੀਨਿਊਸ ਸੀ ਕਿ ਵੀ ਇਹ ਕਿਉਂ ਨਹੀਂ ਜਾ ਰਹੇ, ਹੁਣ ਜਦੋਂ ਇਹ 2000 ਦੇ ਵਿੱਚ ਇਹ ਜਿਹੜਾ ਕਾਰਾ ਕਰਵਾਇਆ ਜਾਂਦਾ ਅਡਵਾਨੀ ਦੂਸਰੇ ਤੀਸਰੇ ਦਿਨ ਉੱਥੇ ਪਹੁੰਚਦਾ, ਔਰ ਜਿਹੜਾ ਭੋਗ ਦੇ ਮੌਕੇ ਦੇ ਉੱਤੇ ਫਿਰ ਉਹ ਐਡਰੈਸ ਕਰਦਿਆਂ ਕਹਿੰਦਾ ਕਿ ਜੀ ਸਿੱਖ ਤਾਂ ਬਹੁਤ ਬਹਾਦਰ ਨੇ, ਬਰੇਵਰੀ ਤਾਂ ਉਹਨਾਂ ਦੇ ਬਲੱਡ 'ਚ ਹੈ, ਇਹ ਤੁਹਾਡੇ 'ਤੇ ਬਹੁਤ ਜ਼ੁਲਮ ਕੀਤਾ ਹੈ ਇਹਨਾਂ ਜਿਹੜਾ ਉਹ ਪਾਕਿਸਤਾਨੀ ਔਰ ਕਸ਼ਮੀਰੀ ਮੁਸਲਮਾਨਾਂ ਨੇ, ਆਓ ਅਸੀਂ ਤੁਹਾਨੂੰ ਹਥਿਆਰ ਦਿੰਦੇ ਹਾਂ, ਤੁਸੀਂ ਬਹਾਦਰ ਲੋਕ ਹੋ, ਆਪਣਾ ਡਿਫੈਂਸ ਆਪ ਕਰੋ। ਔਰ ਉਦੋਂ ਇਹ ਟਰੈਪ ਸਮਝ ਆ ਗਿਆ ਕਿ ਬਈ ਇਹ ਕਿਵੇਂ ਹੁਣ ਆਪਸ ਦੇ ਵਿੱਚ ਫਸਾਉਣਾ ਚਾਹੁੰਦੇ ਨੇ। ਔਰ ਦੂਸਰਾ ਉਹਨਾਂ ਦਾ ਇੰਟੈਂਟ ਸੀ ਇੱਕ ਤਾਂ ਕਲਿੰਟਨ ਨੂੰ ਦੱਸਣਾ ਕਿ ਜੀ ਦੇਖੋ ਕਸ਼ਮੀਰ ਦੇ ਵਿੱਚ ਤਾਂ ਹਿੰਦੂ ਔਰ ਸਿੱਖ ਵਿਕਟਮ ਨੇ, ਇਹ ਕੋਈ ਅਸੀਂ ਕਸ਼ਮੀਰੀ ਮੁਸਲਮਾਨਾਂ 'ਤੇ ਜ਼ੁਲਮ ਨਹੀਂ ਕਰ ਰਹੇ। ਅਤੇ ਦੂਸਰਾ ਉਹਨਾਂ ਦਾ ਸੀ ਕਿ ਭਾਈ ਇਹ ਜਦੋਂ ਇਹ ਕਾਰਾ ਕਰਵਾਇਆ ਤਾਂ ਸਿੱਖ ਮਾਈਗ੍ਰੇਟ ਕਰਨਗੇ, ਜਿਹੜਾ ਕੰਮ ਕਸ਼ਮੀਰੀ ਪੰਡਤਾਂ ਦੇ ਉੱਤੇ ਵੀ ਪਹਿਲਾਂ ਜਿਹੜੇ ਹਮਲੇ ਕਰਵਾਉਣ ਜਾਂ ਦੂਜਾ ਜਿਹਦੇ ਥੱਲੇ ਉਹ ਜਾਣ 'ਤੇ ਮਜਬੂਰ ਹੋਏ, ਕਿਉਂਕਿ ਅਸੀਂ ਇਸ ਵਰਤਾਰੇ ਨੂੰ ਇਸ ਲਈ ਸਮਝ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਦੇਖਿਆ 1980 ਦੇ ਵਿੱਚ 90 ਦੇ ਵਿੱਚ ਕਿ ਕਿਵੇਂ ਬਲੈਕ ਕੈਟਸ ਸਿੱਖੀ ਬਾਣੇ ਦੇ ਵਿੱਚ ਇਹਨਾਂ ਨੇ ਹੀ ਕ੍ਰੀਏਟ ਕੀਤੀਆਂ, ਇਹਨਾਂ ਨੇ ਹੀ ਉਹ ਜੇ ਕਾਰਨਾਮੇ ਕਰਾ ਕੇ ਜੁਝਾਰੂਆਂ ਦੇ ਖਾਤੇ 'ਚ ਪਾਏ। ਔਰ ਇਸ ਗੱਲ ਦਾ ਸਬੂਤ ਹੈ, ਹੁਣ ਬਹੁਤ ਵਾਰ ਜੇ ਕਸ਼ਮੀਰੀ ਪੰਡਤਾਂ ਦੀ ਮਾਈਗ੍ਰੇਸ਼ਨ ਦੀ ਗੱਲ ਹੁੰਦੀ ਹੈ, ਇਸ ਗੱਲ ਦੇ ਸਬੂਤ ਨੇ। ਹੁਣ ਭਾਈ ਜਗਰਾਜ ਸਿੰਘ ਜਿਨ੍ਹਾਂ ਨੂੰ ਤੂਫਾਨ ਸਿੰਘ ਕਿਹਾ ਜਾਂਦਾ ਹੈ, ਜਾਂ ਮਾਲਵੇ ਦੀ ਉਸ ਬੈਲਟ 'ਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਹੁਣ ਜਦੋਂ ਉਹਨਾਂ ਦਾ ਸੰਸਕਾਰ ਜਾਂ ਉਹਨਾਂ ਦੀਆਂ ਡੈੱਡ ਬਾਡੀ ਜਿਹੜੀ ਪੁਲਿਸ ਮੁਕਾਬਲੇ ਤੋਂ ਬਾਅਦ ਹੁੰਦਾ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿੰਦੂ ਜੁਆਇਨ ਕਰਦੇ ਨੇ ਆ ਕੇ ਉਹਨਾਂ ਨੂੰ, ਔਰ ਜਗਰਾਜ ਸਿੰਘ ਔਰ ਉਹਨਾਂ ਦੇ ਉਹਨਾਂ ਨੇ ਹੀ ਜਾ ਕੇ ਥਾਣਾ ਘੇਰਿਆ ਸੀ ਇਲਾਕੇ ਦੇ ਹਿੰਦੂਆਂ ਨੇ ਕਿ ਭਾਈ ਇਹ ਸਾਡਾ ਰਾਖਾ ਰਿਹਾ, ਇਹਦੀ ਇਹ ਚਾਰ ਚੁਫੇਰੇ ਸੀ ਕਿ ਕੋਈ ਸਾਡੀ ਵਾਹ ਵੱਲ ਵੀ ਨਹੀਂ ਦੇਖੇਗਾ, ਕਿਉਂਕਿ ਇਹ ਸਿੱਖੀ ਤਹਿਜ਼ੀਬ ਦਾ ਹਿੱਸਾ ਹੀ ਨਹੀਂ ਹੈ ਜਿਸ ਕਿਸਮ ਦਾ ਵਰਤਾਰਾ ਉਹਨਾਂ ਨੇ ਆਪਣੀਆਂ ਕੈਟਾਂ ਤੋਂ ਕਰਵਾ ਕੇ। ਲੇਕਿਨ ਇਹੋ ਜਿਹੇ ਕਾਰੇ ਇੰਡੀਅਨ ਏਜੰਸੀਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਰਡਰ ਏਰੀਆ ਦੇ ਵਿੱਚ ਪੱਟੀ ਏਰੀਆ ਦੂਜੇ ਤੀਜੇ 'ਚ ਕਰਵਾਏ, ਔਰ ਈਵਨ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਾਗੂ ਕੀਤਾ ਗਿਆ ਸੀ 1983 ਦੇ ਐਂਡ ਦੇ ਵਿੱਚ,
ਦਰਬਾਰਾ ਸਿੰਘ ਦੀ ਹਕੂਮਤ ਡਿਸਮਿਸ ਕਰਕੇ ਜੀ ਢਲਵਾਂ 'ਚ ਬੱਸਾਂ 'ਚੋਂ ਬੱਸ 'ਚੋਂ ਕੱਢ ਕੇ 7-8 ਹਿੰਦੂ ਮਾਰੇ, ਉਹਨੂੰ ਕੰਡੈਮ ਕੀਤਾ ਸੀ ਸੰਤ ਪਿੰਡਰਾਂ ਵਾਲਿਆਂ ਨੇ ਵੀ, ਜੁਝਾਰੂ ਧਿਰਾਂ ਨੇ ਵੀ। ਉਹਨਾਂ ਨੇ ਕਿਹਾ ਸੀ ਇਹਨਾਂ ਦਾ ਏਜੰਸੀਆਂ ਦਾ ਆਪਣਾ ਕਾਰ ਹੈ। ਉਹ ਹੁਣ ਸਾਨੂੰ ਇਸ ਗੱਲ ਦੀ ਸਮਝ ਹੈ ਕਿ ਕਿਵੇਂ ਜਿਹੜੀ ਅੱਜ ਪੋਲਰਾਈਜੇਸ਼ਨ, ਕਸ਼ਮੀਰ ਫਾਇਲਸ ਹੋਏ, ਮੁਸਲਮਾਨਾਂ ਦੇ ਖਿਲਾਫ਼ ਪ੍ਰੋਪੇਗੈਂਡਾ ਦੂਜੇ ਤੀਜੇ, ਇਹੋ ਕੁਛ 80ਵਿਆਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਕਰਕੇ ਉਹ ਜਿਹੜੀ ਹੈ ਪਾਲਾਬੰਦੀ ਕੀਤੀ ਗਈ ਸੀ। ਹਾਲਾਂ ਇਹ ਵੀ ਇੱਕ ਹਕੀਕਤ ਹੈ ਕਿ ਪੰਜਾਬ ਦੀ ਇਸ ਸਾਡੀ ਹੱਕੀ ਜੰਗ ਦੇ ਵਿੱਚ ਕੁਝ ਅਣਖੀ ਪਰਿਵਾਰ, ਜਿਨ੍ਹਾਂ 'ਚ ਇੱਕ ਬਾਬੇ ਬਕਾਲੇ ਦੇ ਨੇੜੇ ਇੱਕ ਬ੍ਰਾਹਮਣ ਪਰਿਵਾਰ, ਹਿੰਦੂ ਪਰਿਵਾਰ, ਜਿਨ੍ਹਾਂ ਦੇ ਤਿੰਨ ਲੜਕੇ ਜਿਹੜੇ ਨੇ, ਸ਼ਾਇਦ 4 ਜਾਂ 3, ਉਹ ਜੁਝਾਰੂ ਸਿੰਘਾਂ ਦੇ ਵਿੱਚ ਸ਼ਹੀਦ ਹੋਏ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਪੰਜਾਬ ਦੇ ਵਾਸੀ ਹਾਂ ਔਰ ਇਹ ਸਾਡੀਆਂ ਹੱਕੀ ਮੰਗਾਂ ਨੇ। ਸੋ ਇਹ ਵਾਰ ਵਾਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਨੂੰ ਸੂਟ ਕਰਦਾ ਕਿ ਇਸ ਲੜਾਈ ਨੂੰ ਪੰਜਾਬ 'ਚ ਹਿੰਦੂ ਵਰਸਸ ਸਿੱਖ ਬਣਾਉਣ, ਜਿਹੜੀ ਇਹ ਲੜਾਈ ਨਹੀਂ ਹੈ, ਇਸ ਸਟੇਟ ਦੇ ਖਿਲਾਫ਼ ਹੈ। ਕਸ਼ਮੀਰ ਆਬਾਦੀ 'ਚ ਇਹਨਾਂ ਨੂੰ ਸੂਟ ਕਰਦਾ ਕਿ ਮੁਸਲਮਾਨ ਵਰਸਸ ਹਿੰਦੂ ਬਣਾਉਣ ਕਸ਼ਮੀਰੀ ਪੰਡਤਾਂ ਦੇ ਨਾਲ, ਕਿਉਂਕਿ ਸਿੱਖਾਂ ਨੂੰ ਵੀ ਉਸ ਨਫ਼ਰਤ ਦੇ ਵਿੱਚ ਇਹ ਘੜੀਸਣਾ ਚਾਹੁੰਦੇ ਸੀ, ਉਹ ਨਹੀਂ ਨਿਕਲ ਆਏ ਅਤੇ ਨਤੀਜੇ ਦੇ ਤੌਰ 'ਤੇ ਫਿਰ ਜੋ ਕਰਤੂਤ ਇਹਨਾਂ ਨੇ ਕਰਕੇ ਦਿਖਾਈ, ਇਕੱਲਾ ਇਹੀ ਨਹੀਂ ਕਿ ਉਹ 35 ਸਿੱਖ ਉੱਥੇ ਮਾਰੇ, ਅਸੀਂ ਜਿਵੇਂ ਕਿਹਾ ਕਿ 5 ਉਹਨਾਂ ਨੇ ਫਿਰ ਕਸ਼ਮੀਰੀ ਨੌਜਵਾਨ ਪੱਥਰੀ ਬਾਲ 'ਚੋਂ ਚੁੱਕ ਕੇ ਇਹ ਕਹਿ ਕੇ ਜੀ ਪਾਕਿਸਤਾਨ ਤੋਂ ਆਏ ਸੀ ਮਾਰੇ, ਔਰ ਪ੍ਰੋਟੈਸਟ ਕਰਦੇ ਵੀ ਲੋਕ ਜਿਹੜੇ ਨੇ ਮਾਰੇ। ਹੁਣ ਫਾਰੂਕ ਅਬਦੁੱਲਾ ਜਿਹਦਾ ਇੱਕ ਇੰਟਰਵਿਊ ਵੀ ਔਰ ਉਸ ਪੀਰੀਅਡ 'ਚ ਵੀ ਆਇਆ, ਉਸਨੇ ਇਸ ਦੇ ਉੱਤੇ ਬੜਾ ਕਲੀਅਰਲੀ ਕਿਹਾ ਸੀ ਕਿ ਭਾਈ ਮੈਂ ਚਾਹੁੰਦਾ ਸੀ ਕਿ ਇਹਦੀ ਇੱਕ ਨਿਰਪੱਖ ਇਨਵੈਸਟੀਗੇਸ਼ਨ ਹੋਏ ਕਿ ਕੌਣ ਇਹਦੇ ਪਿੱਛੇ, ਕਿਉਂਕਿ 22 ਸਾਲ ਬੀਤਣ ਬਾਅਦ ਅੱਜ ਵੀ ਉਹੀ ਹਾਲਤ ਹੈ। ਲੇਕਿਨ ਮੇਰੇ ਇਸ ਐਫਰਟ ਨੂੰ ਜਿਹੜਾ ਉਹ ਨਹੀਂ ਲੱਗਣ ਦਿੱਤਾ ਗਿਆ। ਪਰ ਇਹ ਫਾਰੂਕ ਅਬਦੁੱਲਾ ਦੀ ਸਟੇਟਮੈਂਟ ਹੈ ਜਿਹੜੀ ਕਿ ਇੱਕ ਆਰਟੀਕਲ ਦੇ ਵਿੱਚ ਵੀ, ਚਿੱਠੀ ਸਿੰਘਪੁਰਾ ਮੈਸੈਕਰ ਇੱਕ ਕੇਸ ਆਫ ਬਿਟਰੇਅਲ ਐਂਡ ਨੋ ਜਸਟਿਸ 'ਚ ਵੀ ਆਇਆ। ਅਬਦੁੱਲਾ ਫਾਰੂਕ ਅਬਦੁੱਲਾ ਦਾ ਨੇ ਉਦੋਂ ਇਹ ਕਿਹਾ ਸੀ ਕਿ ਆਈ ਵਾਂਟਿਡ ਚਿੱਠੀ ਸਿੰਘਪੁਰਾ ਮੈਸੈਕਰ ਟੂ ਬੀ ਪ੍ਰੋਵਡ ਥੋਰੋਲੀ, ਸੋ ਹੀ ਆਈ ਰੋਡ ਟੂ ਸੈਂਟਰਲ ਗੌਰਮੈਂਟ, ਬਟ ਸਮ ਪਾਵਰਸ ਡਿਡਨਟ ਵਾਂਟ ਚਿੱਠੀ ਸਿੰਘਪੁਰਾ ਟੂ ਬੀ ਇਨਵੈਸਟੀਗੇਟਡ। ਉਹਨੇ ਕਿਹਾ ਜੀ ਮੈਂ ਲਿਖਿਆ ਸੈਂਟਰ ਪਾਸ, ਕੁਛ ਤਾਕਤਾਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ। ਫਿਰ ਉਹਨੇ ਕਿਹਾ ਇਟ ਇਜ਼ ਹਾਰਡ ਟੂ ਕੈਰੀ ਔਨ ਵਿਦ ਦਾ ਮਿਸਟਰੀ ਆਫ ਚਿੱਠੀ ਸਿੰਘਪੁਰਾ ਮੈਸੈਕਰ ਫੋਰ ਦਾ ਰੈਸਟ ਆਫ ਮਾਈ ਲਾਈਫ, ਕਿ ਮੈਂ ਉਸ ਦਰਦ ਨੂੰ ਆਪਣੇ ਅੰਦਰ ਰੱਖਿਆ ਹੋਇਆ, ਮੇਰੇ ਲਈ ਇਹ ਮੁਸ਼ਕਲ ਹੈ ਕਿ ਮੈਂ ਇਹਨੂੰ ਜ਼ਿੰਦਗੀ 'ਚ ਕਰਾਂ। ਸੋ ਆਈ ਐਮ ਰਿਵੀਲਿੰਗ ਰਿਐਲਿਟੀ ਬਿਹਾਈਂਡ ਦਾ ਮਿਸਟਰੀ ਇਨ ਮਾਈ ਬੁੱਕ ਦੈਟ ਵਿਲ ਬੀ ਰਿਲੀਜ਼ਡ ਓਨਲੀ ਆਫਟਰ ਮਾਈ ਡੈਥ, ਸੋ ਦੈਟ ਨੋ ਵਨ ਸਟੋਪਸ ਮੀ ਫਰੋਮ ਟੈਲਿੰਗ ਦਾ ਟਰੂਥ। ਉਹਨੇ ਕਿਹਾ ਜੀ ਭਾਰ ਮੇਰੇ 'ਤੇ ਹੈਗਾ, ਇਹ ਕਿਹਨੇ ਕੀਤਾ, ਪਰ ਮੈਂ ਇਹਨੂੰ ਇੱਕ ਕਿਤਾਬ ਰੂਪ 'ਚ ਲਿਖ ਦਿੱਤਾ। ਜਦੋਂ ਮੈਂ ਮਰ ਗਿਆ, ਮੇਰੇ ਮਰਨ ਤੋਂ ਬਾਅਦ ਇਹ ਕਿਤਾਬ ਛਾਇਆ ਹੋਏਗੀ, ਤਾਂ ਕਿ ਇਹ ਹਕੀਕਤ ਸਾਹਮਣੇ ਆਏ ਕਿ ਇਹ ਕਾਰ ਕਿਸ ਨੇ ਕੀਤਾ ਸੀ। ਲੇਕਿਨ ਜਿਸ ਪ੍ਰੈਜ਼ੀਡੈਂਟ ਕਲਿੰਟਨ ਦੇ ਭਾਰਤ ਦੌਰੇ ਦੇ ਮੌਕੇ ਇਹ ਕਰਤੂਤ ਕੀਤੀ ਗਈ, ਉਸ ਪੀਰੀਅਡ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਪ੍ਰੈਜ਼ੀਡੈਂਟ ਸਨ, ਉਹਨਾਂ ਦੀ ਵਿਦੇਸ਼ ਮੰਤਰੀ ਜਿਹਨੂੰ ਸੈਕਟਰੀ ਆਫ ਸਟੇਟ ਕਹਿੰਦੇ ਨੇ, ਮੈਡਲਿਨ ਐਲਬ੍ਰਾਈਟ ਸੀ, ਔਰ ਮੈਡਲਿਨ ਐਲਬ੍ਰਾਈਟ ਉਹਨਾਂ ਦਾ ਫਾਦਰ ਖੁਦ ਵੀ ਬੜਾ ਪ੍ਰੋਮੀਨੈਂਟ ਜਿਹੜਾ ਉਹ ਰਾਈਟਰ ਵੀ ਰਿਹਾ, ਕਸ਼ਮੀਰ 'ਤੇ ਵੀ ਉਹਨੇ ਲਿਖਿਆ ਸੀ, ਪ੍ਰੋਫੈਸਰ ਸੀ ਖੁਦ ਵੀ, ਰਿਟਾਇਰਮੈਂਟ ਤੋਂ ਬਾਅਦ ਵੀ ਪ੍ਰੋਫੈਸਰ ਹੋਈ। ਲੇਕਿਨ ਉਹਨੇ ਆਪਣੀ ਇੱਕ ਟਰਮ ਉਹ ਸੈਕਟਰੀ ਆਫ ਸਟੇਟ ਸੀ, ਉਹਦੇ 'ਚ ਉਹਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ, ਦਾ ਮਾਈਟੀ ਐਂਡ ਦਾ ਐਲਮਾਈਟੀ, ਇਹ ਉਹਦੀ ਕਿਤਾਬ ਦਾ ਨਾਂ ਹੈ। ਔਰ ਉਸ ਕਿਤਾਬ ਦਾ ਮੁੱਖ ਬੰਦ, ਫੋਰਵਰਡ, ਪ੍ਰੀਫੇਸ ਜਿਹਨੂੰ ਕਿਹਾ ਜਾਂਦਾ, ਉਹ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੇ ਲਿਖਿਆ, ਜਿਹੜਾ ਬਿਲ ਕਲਿੰਟਨ ਵੀ ਰਿਟਾਇਰ ਹੋ ਚੁੱਕਾ ਸੀ। ਔਰ ਉਹਦੇ 'ਚ ਉਹਨੇ ਇਸ ਘਟਨਾ ਬਾਰੇ ਕੀ ਕਿਹਾ, ਇਹ ਬਿਲ ਕਲਿੰਟਨ ਦੇ ਜਿਸ ਪ੍ਰੈਜ਼ੀਡੈਂਟ ਦੀ ਫੇਰੀ ਦੇ ਮੌਕੇ ਹੁੰਦਾ, ਇਸ ਤੋਂ ਵੱਡੀ ਕੋਈ ਵਿਟਨੈਸ ਨਹੀਂ ਹੋ ਸਕਦੀ। ਔਰ ਮੈਂ ਐਗਜੈਕਟ ਜਿਹੜੀ ਉਸ ਦੀ ਕਿਤਾਬ ਦੇ ਪ੍ਰੀਫੇਸ ਦੇ ਵਿੱਚ ਕਲਿੰਟਨ ਨੇ ਲਿਖਿਆ, ਉਹਨੇ ਕਿਹਾ ਕਲਿੰਟਨ ਨੇ, ਡਿਊਰਿੰਗ ਮਾਈ ਵਿਜ਼ਿਟ ਟੂ ਇੰਡੀਆ ਇਨ 2000, ਸਮ ਹਿੰਦੂ ਮਿਲੀਟੈਂਟਸ ਡਿਸਾਈਡਿਡ ਟੂ ਵੈਂਟ ਦੇਅਰ ਆਊਟਰੇਜ ਬਾਈ ਮਰਡਰਿੰਗ 38 ਸਿੱਖਸ ਇਨ ਕੋਲਡ ਬਲੱਡ। ਨੰਬਰ ਉਹਨੇ 38 ਦਿੱਤਾ, ਹਾਲਾਂ ਜਦੋਂ ਪਹਿਲੀਆਂ ਖਬਰਾਂ ਆਈਆਂ ਸੀ ਉਦੋਂ 40 ਨੰਬਰ ਵੀ ਆ ਰਿਹਾ ਸੀ, 38 ਵੀ, ਪਰ ਬਾਅਦ 'ਚ ਕਨਫਰਮ ਹੋਇਆ ਕਿ 35 ਡੈੱਡ ਨੇ, ਇੱਕ ਸਰਵਾਈਵਰ ਹੈ ਨਾਨਕ ਸਿੰਘ। ਲੇਕਿਨ ਉਹਨੇ ਸਿੱਧਾ ਸਿੱਧਾ ਹਿੰਦੂ ਮਿਲੀਟੈਂਟਸ 'ਤੇ ਜ਼ਾਹਰ ਹੈ ਕਿ ਜਦੋਂ ਆਰਮੀ ਫਟੀਕ ਦੂਜੇ ਤੀਜੇ ਫੌਜ ਦੇ ਰੈਗੂਲਰ ਆਰਮੀ ਵਾਲਿਆਂ ਨੇ ਕੀਤਾ ਜਾਂ ਉਹਨਾਂ ਦੇ ਹਾਇਰਡ ਨੇ ਕੀਤਾ, ਔਰ ਜੇ ਨਾਨਕ ਸਿੰਘ ਦੀ ਵਿਟਨੈਸ ਦੇਖੀ ਜਾਏ
कि होली उन्हां दे चेहरियां ते मली हुई सी, जाहिर है कि कौन होणगे। और जय माता दी और भारत माता की जय, सो शायद ये जिहड़ी अमरीकन इंटैलीजेंस दे कोल रिपोर्ट होएगी उन्होंने लफज़ हिंदू मिलीटेंट इस्तेमाल किया। ड्यूरिंग माई विजिट टू इंडिया इन 2000 सम हिंदू मिलीटेंट्स डिसाइडेड टू वेंट देयर आउटरेज बाई मर्डरिंग 38 सिख्स इन कोल्ड ब्लड। हुण असी कोल्ड ब्लड असी अक्सर इस मौके दे उत्ते न्यूयॉर्क टाइम्स दे विच भी ऐड दिंदे रहे लंबा वक्त, और उहदे च मैं हमेशा यह कहिंदा सी कि द कोल्ड ब्लडेड मर्डर ऑफ 35 सिख्स वाज इन एल कोपिनो स्टाइल। हुण एल कोपिनो जिहड़ा है वह शिकागो का एक गैंगस्टर सी, और उहदा स्टाइल यह हुंदा सी कि तुसीं एक लाइन च खड़ा कर लो और फिर तुसीं मारो, कि भाई कोल्ड ब्लडेड, और स्टाइल भी वह जिहड़ा उहदे नाल। हुण क्लिंटन कह रहा है, इफ आई हैड नॉट मेड द ट्रिप द विक्टम्स वुड प्रोबेबली स्टिल बी अलाइफ। कि जे मैं ना जाता तो जिहड़े मारे गए ने वह अज जिउंदे होंदे। हुण यह अमेरिकन प्रेजिडेंट कह रहे ये कोई और ये नहीं है भी उन्हें कोई अखबार दियाँ खबरां पढ़ के बयान दिता है, उन्होंने को अपने इंटैलीजेंस सोर्स होंगे ने। इफ आई हैड नॉट मेड द ट्रिप, हुण अगों कहिंदा इफ आई हैडंट मेड द ट्रिप द विक्टम्स वुड प्रोबेबली स्टिल बी अलाइव, इफ आई हैड नॉट मेड द ट्रिप बिकॉज आई फीयर्ड वट रिलीजियस एक्सट्रीमिस्ट माइट डू। वो कहिंदा भी जे मैं इसलिए अपनी विजिट कैंसल कर दिंदा है कि कुछ जिहड़े धार्मिक जनूनी की कर सकते ने, आई कुडंट हैव डन माई जॉब एज प्रेजिडेंट ऑफ यूनाइटिड स्टेट्स। भी फिर तो मैं अमरीका दे प्रेजिडेंट होने के नाते जिहड़े मेरे फर्ज ने उन्हां तो मैं बेमुख हो रहा हूँ। कि मतलब यह है कि इस किस्म दियां जिहड़ियां डोमैसटिक कंट्रीज होंदियां वो करदियां ही ने, मतलब यह है भी मैनू फिर मैं अमरीका दे प्रेजिडेंट दे फर्ज नहीं सी निभा सकदा। द नेचर ऑफ अमेरिका इज सच दैट मैनी पीपल डिफाइन दैमसैल्वस और ए पार्ट ऑफ दैमसैल्वस इन रिलेशन टू इट फॉर और अगेंस्ट। This is part of the reality in which US leaders must operate. ਹੁਣ ਇਹ ਆਪਣਾ ਕਿਉਂਕਿ ਇਹਨੂੰ ਵੀ ਗੁਨਾਹ ਦਾ ਅਹਿਸਾਸ ਹੈ ਕਿ ਵੀ ਜੇ ਮੈਂ ਨਾ ਜਾਂਦਾ ਤਾਂ ਇਹ 35 ਸਿੱਖ ਨਾ ਮਰਦੇ, ਬੇਗੁਨਾਹ ਮਾਰੇ ਗਏ। ਹਾਲਾਂ ਫਰਜ਼ ਇਹਦਾ ਇਹ ਸੀ ਕਲਿੰਟਨ ਹੋਏ ਜਾਂ ਅਮੈਰੀਕਨ ਐਡਮਿਨਿਸਟ੍ਰੇਸ਼ਨ ਕਿ ਭਾਈ ਤੁਸੀਂ ਰੋਕ ਤਾਂ ਨਹੀਂ ਸੀ ਸਕਦੇ ਉਹਨਾਂ ਨੇ ਇਸ ਕਿਸਮ, ਤੁਸੀਂ ਘੱਟੋ ਘੱਟ ਉਹਨਾਂ 35 ਪਰਿਵਾਰਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਜਿੱਥੇ ਉਹ ਅੱਜ ਵੀ ਉਸ ਹਾਲ 'ਚੋਂ ਕਿਵੇਂ ਉਹ ਜਿਹੜੀਆਂ ਵੇਲਿੰਗ ਵਿਡੋਜ਼ ਨੇ ਮੈਂ ਦੇਖ ਨਹੀਂ ਸਕਦਾ ਹੁਣ ਵੀ, ਕਿਉਂਕਿ ਇਸ 22ਵੇਂ ਉਹਨਾਂ ਦੀ ਯਾਦ ਦੇ ਮੌਕੇ ਸੋਸ਼ਲ ਮੀਡੀਆ 'ਤੇ ਵੀਕਐਂਡ 'ਤੇ ਕਾਫੀ ਕੁਝ ਚੱਲ ਰਿਹਾ ਸੀ। ਤੁਸੀਂ ਉਹ ਬੱਚੇ ਜਿਹੜੇ ਔਰਫਨ ਨੇ, ਉਹ ਔਰਤਾਂ ਜਿਹਨਾਂ ਦੇ ਸਾਹਮਣੇ ਉਹਨਾਂ ਦੇ ਉਹੀ ਪਿਆਰੇ ਜਿਹਨਾਂ ਨੂੰ ਸਾਹਮਣੇ ਘਰੋਂ ਸੱਦ ਕੇ ਸ਼ਾਮ ਨੂੰ ਲੈ ਕੇ ਗਏ ਨੇ ਔਰ ਉਹਨਾਂ ਦੀਆਂ ਡੈੱਡ ਬਾਡੀਜ਼ ਦੇ ਨੇੜੇ ਉਹ ਆ ਜਾਂਦੇ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹੀ ਨਹੀਂ, ਇੰਡੀਅਨ ਏਜੰਸੀਆਂ ਨੇ, ਅਡਵਾਨੀ ਵਾਜਪਾਈ ਨੇ, ਜਿਹਨੂੰ ਵਾਜਪਾਈ ਨੂੰ ਬਹੁਤ ਜੈਂਟਲ ਕਿਹਾ ਜਾਂਦਾ ਹੈ, ਬੜਾ ਮੋਡਰੇਟ ਫੇਸ, ਉਹਦੇ ਪੀਰੀਅਡ 'ਚ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ, ਔਰ ਇਹ ਕਲਿੰਟਨ ਵੀ ਜਿਹੜਾ ਉਹ ਇਹ ਕਹਿ ਰਿਹਾ ਕਿ ਜੀ ਜੇ ਮੈਂ ਨਾ ਜਾਂਦਾ ਤਾਂ ਫਿਰ ਮੈਂ ਆਪਣੇ ਫਰਜ਼ ਜਿਹੜੇ ਨੇ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਤੌਰ 'ਤੇ ਪੂਰੇ ਨਾ ਕਰ ਰਿਹਾ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਗੱਲ ਇਕੱਲੀ ਜਦੋਂ ਅਸੀਂ ਪੰਜਾਬ ਦੀਆਂ 4 ਦਹਾਈਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਸਿੱਖ ਨਸਲਕੁਸ਼ੀ ਦੀ ਗੱਲ ਹੁੰਦੀ ਹੈ, ਨਵੰਬਰ 84 ਦੇ ਹਵਾਲੇ ਨਾਲ ਭਾਰਤ ਭਰ ਦੇ ਵਿੱਚ ਕੀ ਹੁੰਦਾ, ਔਰ ਇਹ ਜਦੋਂ ਅਸੀਂ 35 ਸਿੱਖਾਂ ਦੀ ਇਸ ਯਾਦ ਨੂੰ ਇਹ ਸਮਰਪਿਤ ਕਰ ਰਹੇ ਹਾਂ ਅੱਜ ਦੇ ਦਿਨ ਨੂੰ, ਅਤੇ ਫਿਰ ਜਿਹੜਾ ਉਹ 22 ਸਾਲ ਬੀਤਣ ਬਾਅਦ ਅੱਜ ਵੀ ਸਿੱਖ ਉਸੇ ਤਰ੍ਹਾਂ ਹੀ ਜਿਹੜਾ ਸਿਟਿੰਗ ਡੱਕ ਨੇ, ਸੌਫਟ ਟਾਰਗੇਟ ਨੇ, ਉਸ ਤੋਂ ਬਾਅਦ ਵੀ ਇੱਕਾ ਦੁੱਕਾ ਕੋਈ ਨਾ ਕੋਈ ਵਾਕਿਆ ਹੁੰਦਾ, ਲੇਕਿਨ ਆਫਰੀਨ ਹੈ ਉਹਨਾਂ ਕਸ਼ਮੀਰ ਦੇ ਸਿੱਖਾਂ 'ਤੇ ਕਿ ਇਹਦੇ ਬਾਵਜੂਦ ਕਿ ਭਾਰਤੀ ਏਜੰਸੀਆਂ ਨੇ ਟਿੱਲ ਲਾਇਆ ਕਿ ਉਹ ਉਹਨਾਂ ਨੂੰ ਉੱਥੋਂ ਮਾਈਗ੍ਰੇਟ ਕਰਵਾਉਣ, ਉਹ ਉੱਥੋਂ ਜਿਹੜੇ ਨੇ ਯਤੀਮਾਂ ਵਾਂਗ ਆ ਕੇ ਕੈਂਪਾਂ 'ਚ ਬੈਠੇ ਹੋਣ, ਅਤੇ ਫਿਰ ਉਹ ਦੁਨੀਆ ਦੇ ਵਿੱਚ ਜਿਹੜਾ ਉਹ ਢੰਡੋਰਾ ਪਿੱਟ ਰਹੇ ਹੋਣ, ਪਰ ਉਹ ਆਪਣੀ ਸਰਜ਼ਮੀਨ ਨੂੰ ਪਰਨਾਏ ਹੋਏ ਨੇ, ਔਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਕਿ ਇਸ ਸਾਰੇ ਦੌਰ ਦੇ ਵਿੱਚ ਕਿ ਭਾਈ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡਾ ਧਰਮ ਸਾਨੂੰ ਇਹ ਸਿਖਾਉਂਦਾ ਕਿ ਭਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਲੇਕਿਨ ਇਹ ਹੁਣ ਕੌਮ ਦੇ ਸਾਹਮਣੇ ਹੈ, ਜਿਹੜੇ ਬਹੁਤ ਵਾਰ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ, ਜੂਨ 84 ਨਵੰਬਰ 84 ਦੀਆਂ ਨਸਲਕੁਸ਼ੀਆਂ ਕਾਂਗਰਸ ਦੇ ਖਾਤੇ 'ਚ ਪੈਂਦੀਆਂ ਨੇ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਜਿੱਥੇ ਕਸ਼ਮੀਰ ਵਾਦੀ 'ਚ 35 ਸਿੱਖ ਮਾਰੇ ਗਏ,
अकाली बादल एंड कंपनी सारा लाण उन्हां दा भाईवाल सी, उन्हां दे नाल वह हकूमत दे विच सी, और कोई इंडिपेंडेंट इन्वेस्टिगेशन जिहड़ी है उस लैवल ते होण ही नहीं दित्ती गई, क्योंकि गल तां अल्टीमेटली यही है कि जिहड़ा बुचरिंग करन वाला है, जिहड़ा कसाई है, उस दे अगे बकरा की अपील कर सकदा है, जां फैलो बकरा की कहेगा कसाई नूं, कहेगा कि भाई तू इन्वेस्टिगेट कर कि भाई तू मेरी बरादरी दे नूं मारिया। सो यही हाल साडा बनिया होया, असी सिटिंग डक हैं चार चफेरे, और बार बार उही घटनावां किसी न किसी नवें रूप दे विच वापरदियां ने। उस तरीके नाल असी लखीमपुर खीरी दे विच किसान अंदोलन दे वेले देखिया कि किवें उस यूपी च पीलीभीत च भी बस चो कढ के जिहड़ा वो सिख मारे गए सी, जिहड़े हजूर साहब यात्रा नूं जा रहे सी, वह भी वड्डा केस बनिया, बड़ी चर्चा हुई, इवेंचुअली उही लोग उत्थे ही बैठे ने। यही हाल जिहड़ा असी कश्मीर वादी दे हवाले नाल देख रहे हैं, और जो लाइन इन्हां दी चल रही है नफरत दी, आने वाले पीरियड दे विच कश्मीर वादी च जिहड़ा होर भी ये खून खराबा करनगे, क्योंकि ये जिवें असिवियां दे विच किसे ने कहा सी कि लोग लाशां गिणदे ने ते ये वोटां गिणदे ने, और हुण इन्हां नूं राजस्थान और गुजरात जितण दे लई भी बेगुनाह दा खून डोलना इन्हां दी नीड है, क्योंकि उस चों ही इन्हां ने अपनियां हिंदू तवियां दीयां वोटां कढ़नियां। जी राज साहब, तुहाडा बहुत बहुत शुक्रिया, तुसीं अपने विचार साडे दर्शकां नाल सांझे कीते ने। सो इत्थे लैणे आ ब्रेक, और ब्रेक ते जाण तों पहिलां असीं अपने दर्शकां ते श्रोतियां नूं हमेशा तरह अपील ते बेनती करदे व्यूअर्स, जिस तरह कि तुसीं जाणदे हो कि टी वी 84 एक पंथक चैनल है, और टी वी 84 दी चढ़दी कला लई वध तों वध डोनेट करो। डोनेट करन लई साडी वैबसाइट tv84.tv ते जा के पेपल दी वरतों करके वन टाइम डोनेट कर सकदे हो, मंथली डोनेट भी कर सकदे हो। ਤੁਸੀਂ ਟੀ ਵੀ 84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 ਲੌਂਗ ਆਇਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5166-1919-84, ਸੇਮ ਨੰਬਰ 'ਤੇ ਵਟਸਐਪ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv 'ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਂਦੇ ਬ੍ਰੇਕ ਪਿਓਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।